Assalamu alaikum ji, main thoda apna host Baba ji, Save Historical Places of Pakistan, Save Gurdwaras and Temples of Pakistan, Khalsa Raj Footsteps in Pakistan, Khalsa Raj Footsteps leke aaj main pahunche hain Chak 52 GB Faislabad, 52 JB Faislabad, JB 52 JB Faislabad, Mullan Pur aur Changa Singh Wali, Changa Singh Wali de vich main aaj club laban liya aaya si Sardar Kapoor Singh ji de forefathers di te unna de ghar de naal gurdwara si eh gurdware de lagge hoye kuch darwaze ne aur kuch clues baki ne ki bhi ek us tarmshal nu jehde buhe lagge hoye si ਉਹ ਇਸ ਘਰ ਦੇ ਅੰਦਰ ਲੱਗੇ ਹੋਏ ਨੇ ਔਰ ਸਿਰਫ ਯਾਦ ਸਾਡਾ ਕੰਮ ਹੈ ਤੁਹਾਡੀਆਂ ਯਾਦਾਂ ਤਾਜ਼ੀਆਂ ਕਰਵਾਉਣੀਆਂ ਤੁਸੀਂ ਅਗਰ ਆਪਣੀਆਂ ਯਾਦਾਂ ਤਾਜ਼ੀਆਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਐਂਡ ਸੇਵ ਗੁਰਦੁਆਰਾ ਦੈਨ ਟੈਂਪਲਸ ਆਫ ਪਾਕਿਸਤਾਨ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਜਦ ਵੀ ਗੱਲ ਆਉਂਦੀ ਹੈ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਲੈ ਕੇ ਅਤੇ ਮੈਂ ਬਹੁਤ ਜ਼ਿਆਦਾ ਕੌਨਸ਼ੀਅਸ ਹਾਂ ਉਸ ਬਾਰੇ ਮੈਨੂੰ ਬਹੁਤ ਜ਼ਿਆਦਾ ਓਬਜ਼ਰਵੇਸ਼ਨਸ ਨੇ ਪੰਜਾਬ ਦੀ ਵੰਡ ਦੇ ਉੱਤੇ ਜਿਹੜੀ ਕਿ ਹੈ ਹੀ ਨਹੀਂ ਸੀ 47 ਦੇ ਫਾਰਮੂਲੇ 'ਚ ਲੇਕਿਨ ਉਹਦੇ ਬਾਵਜੂਦ ਵੀ 47 ਵਿੱਚ ਪੰਜਾਬ ਵੰਡਿਆ ਗਿਆ ਪੰਜਾਬ ਦੇ ਸੀਨੇ ਦੇ ਉੱਤੇ ਲੀਕ ਵੱਜੀ ਪੰਜਾਬੀਆਂ ਨੂੰ ਦੋ ਟੋਟੇ ਕੀਤਾ ਗਿਆ ਕੋਈ ਹੋਰ ਪ੍ਰੋਵਿੰਸ ਜਿਹੜਾ ਉਹਨੂੰ ਵੰਡ ਨਹੀਂ ਪਈ ਇਹ ਵੀ ਦਰਵਾਜ਼ੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ ਤੁਸੀਂ ਇਹ ਦੇਖੋ ਕਿ ਕਿੰਨੇ ਖੂਬਸੂਰਤੀ ਦੇ ਨਾਲ ਜਿਹੜੇ ਨੇ ਘੜੇ ਹੋਏ ਨੇ ਔਰ ਅੱਜ ਵੀ ਆਪਣੇ ਓਰਿਜਿਨਲ ਰੰਗ ਦੇ ਵਿੱਚ ਜਿਹੜੇ ਨੇ ਉਹ ਮੌਜੂਦ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਮੈਂ ਕਿਸੇ ਘਰ ਦਾ ਦਰਵਾਜ਼ਾ ਦੇਖਣਾ ਵਾਂ ਹਿਸਟੋਰੀਕਲ ਦੇਖਣਾ ਵਾਂ ਪ੍ਰੀ ਪਾਰਟੀਸ਼ਨ ਦਾ ਆਪਣਾ ਪੰਜਾਬੀ ਬੂਹਾ ਦੇਖਣਾ ਵਾਂ ਆ ਕੇ ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਉਸ ਚੀਜ਼ ਦੀ ਇਹ ਸਨ ਵਾਕਿਆਤ ਉਸ ਧਰਮਸ਼ਾਲ ਦੇ ਜਿਹਦੀ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀ ਕਿ ਉਹਨਾਂ ਦੇ ਘਰ ਨਾਲ ਜੁੜੀ ਹੋਈ ਸੀ ਸਰਦਾਰ ਕਪੂਰ ਸਿੰਘ ਔਰ ਉਹਨਾਂ ਦੇ ਅਗੋਂ ਸਿਸਟਰ ਜਿਹੜੇ ਨੇ ਸਰਦਾਰ ਬੂਟਾ ਸਿੰਘ ਜੀ ਜਿਹੜੇ ਕਿ 47 ਦੇ 'ਚ ਲੁਧਿਆਣਾ ਸ਼ਿਫਟ ਹੋ ਗਏ ਸਨ ਔਰ ਹਾਲ ਮੁਕਾਮ ਉਹਨਾਂ ਦਾ ਇੰਗਲੈਂਡ ਦੇ ਵਿੱਚ ਨੇ ਉਹ ਇਸ ਵੇਲੇ ਲੰਡਨ 'ਚ ਬੈਠੇ ਹੋਏ ਨੇ ਅਤੇ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਸੋਹਣੀਆਂ ਯਾਦਾਂ ਨੂੰ ਲੈ ਕੇ ਔਰ ਕਿਸੇ ਦੇ ਘਰ ਦੇ ਬੂਹੇ ਬਾਰੀਆਂ ਨੂੰ ਲੈ ਕੇ ਔਰ ਖਾਲਸਾ ਰਾਜ ਫੁੱਟਸਟੈਪਸ ਨੂੰ ਲੈ ਕੇ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗਾ ਅਤੇ ਦੇਖਦੇ ਰਹੋ ਫਿਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ